मैनू नींद नया वे रातानू, मैनू चैन नया वे रातानू, नींद नया वे रातानू, मैनू चैन नया वे रातानू। सत श्री अकाल जी, मैं नवजोत रंधावा, मैं वॉइस ऑफ एडमिंटन के टॉप 7 च पहुँच चुकी हाँ। तो मैं सारिया कहना चाहूँगी कि 27 तरीक न साडा फाइनल हो जा रहा है आका सेंटर 12 बजे। सारे जने पहुंचो तो जे थोनू मेरी आवाज़ वधिया लगे तो मैं वोट जरूर करो। सत श्री अकाल जी, मेरा नाम बलराज सिंह, नवजोत मेरी छोटी भैन है जो कि वॉइस ऑफ एडमिंटन के फाइनले दे विच पहुंच चुकी है। सत श्री अकाल जी, मेरा नाम हरजोत सिंह, तो तुसी प्लीज 27 तरीक नू अक्का सेंटर पहुंच के साडी सिस्टर नू सपोर्ट करो। सत श्री अकाल जी, मेरा नाम जैसमिन, मैं नवजोत दी सिस्टर। मेतों साडे छोटे हुंदिआं दीआं बड़ियां गल्लां ने, जदों मैं नानके जांदी हुंदी सीगी ते नवजोत नू उदों तों ही बड़ा शौक सीगा गाउण दा, ते इहने लाइक 8-9 ईयर्स दे सीगे असीं, ते इहने उदों ही बड़ा जिदां स्लो जे गाने हुंदे ने जिहड़े वी ਗਾਉਂਦੀ ਹੁੰਦੀ ਸੀਗੀ, ਤਾਂ ਉਦੋਂ ਸਾਨੂੰ ਇੰਨਾ ਪਤਾ ਨਹੀਂ ਸੀਗਾ ਹੁੰਦਾ ਵੀ ਇਹ ਸੈਡ ਆ ਜਾਂ ਕਿੱਦਾਂ ਵਾ, ਪਰ ਮੈਨੂੰ ਆਵਾਜ਼ ਸੋਹਣੀ ਲੱਗਦੀ ਹੁੰਦੀ ਸੀਗੀ ਉਸ ਟਾਈਮ 'ਤੇ। ਇਹ ਗਾਣਾ ਗਾਉਂਦੀ ਹੁੰਦੀ ਸੀਗੀ, ਕਬਰਾਂ ਵਿੱਚੋਂ ਬੋਲ ਨੀ ਮਾਏ, ਦੁੱਖ ਸੁੱਖ ਸਾਥੋਂ ਫੋਲ ਨੀ ਮਾਏ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਸਿੰਘ, ਅਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਵਾ ਸਾਡੀ ਸਿਸਟਰ ਨਵਜੋਤ ਕੌਰ ਫਾਈਨਲ 'ਚ ਪਹੁੰਚ ਚੁੱਕੀ। ਹਾਏ, ਮਾਈ ਨੇਮ ਇਜ਼ ਯੁਵਰਾਜ, ਵੋਟ ਫੋਰ ਮਾਈ ਸਿਸਟਰ ਨਵਜੋਤ ਐਟ ਆਕਾ ਸੈਂਟਰ ਔਨ July 27th। ਸਤਿ ਸ਼੍ਰੀ ਅਕਾਲ ਜੀ, ਮੈਂ ਨਵਜੋਤ ਦੀ ਚਾਚੀ। ਨਵਜੋਤ ਨੂੰ ਛੋਟੇ ਹੁੰਦਿਆਂ ਤੋਂ ਹੀ ਬਹੁਤ ਸ਼ੌਂਕ ਸੀ ਗਾਉਣ ਦਾ। ਮੈਨੂੰ ਇਹਦੀ ਛੋਟੇ ਹੁੰਦਿਆਂ ਤੋਂ ਹੀ ਆਵਾਜ਼ ਬਹੁਤ ਪਸੰਦ ਸੀ। ਜਦੋਂ ਵੀ ਫੈਮਿਲੀ 'ਚ ਕਿਤੇ ਵੀ ਕੋਈ ਓਕੇਜ਼ਨ ਹੋਣਾ, ਮੈਂ ਇਹਦਾ ਗਾਣਾ ਬਹੁਤ ਮੈਨੂੰ ਚੰਗਾ ਲੱਗਦਾ। ਸੋ ਨਿੱਕੇ ਹੁੰਦੇ ਤਾਂ ਮੰਮਾ ਤੋਂ ਹੀ ਸਿੱਖਿਆ ਸੀਗਾ, ਅਤੇ ਫਿਰ ਉਹ ਤੋਂ ਬਾਅਦ ਮਤਲਬ ਮੈਂ ਸਿੰਗਿੰਗ ਐਜ਼ ਅ ਹੋਬੀ ਹੀ ਕਰਦੀ ਸੀ ਮੋਸਟਲੀ, ਪਰ ਫਿਰ ਮੇਰੀ ਫਰੈਂਡਸ ਐਂਡ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ, ਅਤੇ ਹੁਣ ਮੈਂ ਪ੍ਰੋਫੈਸ਼ਨਲੀ ਗਾਉਣਾ ਮਤਲਬ ਚਾਹੁੰਦੀ ਸੀ। ਸੋ ਮੈਂ ਸਿੱਖਣਾ ਸ਼ੁਰੂ ਕੀਤਾ, ਅਤੇ ਮੈਂ ਡਾਕਟਰ ਕਮਲਜੀਤ ਕੋਲ ਸਿੱਖਿਆ ਆ ਸੋਫਾਰ, ਅਤੇ ਉਹ ਤੋਂ ਇਲਾਵਾ ਵੀ ਮੈਨੂੰ ਜਿੱਥੇ ਵੀ ਮੌਕਾ ਮਿਲਦਾ ਜਾਂ ਕੋਈ ਵੀ ਸੋਰਸ ਮੈਨੂੰ ਮਿਲਦਾ ਮੈਂ ਸਿੱਖਦੀ ਹਾਂ। ਇਹ ਸਾਡੀ ਬੱਚੀ ਬਹੁਤ ਟੈਲੈਂਟ ਬੱਚੀ ਆ, ਅਸੀਂ ਚਾਹੁੰਦੇ ਹਾਂ ਕਿ ਅੱਗੇ ਵਧੇ, ਅਤੇ ਅਸੀਂ ਜਿੰਨੇ ਵੀ ਲੋਕ ਨੇ ਸਭਨਾਂ ਦੀ ਸਪੋਰਟ ਚਾਹੁੰਦੇ ਹਾਂ ਇਹਨੂੰ ਅੱਗੇ ਵਧਣ ਵਾਸਤੇ। ਸੋ ਵੋਇਸ ਬੈਡਮਿੰਟਨ ਦੀ ਬਦੌਲਤ ਮੈਨੂੰ ਮੌਕਾ ਮਿਲ ਰਿਹਾ ਸਟੇਜ 'ਤੇ ਗਾਉਣ ਦਾ, ਐਂਡ ਮੈਂ ਬਹੁਤ ਸ਼ਾਈ ਹੁੰਦੀ ਸੀ ਸਟੇਜ 'ਤੇ ਗਾਉਣ ਲਈ, ਵੈਸੇ ਹੁਣ ਥੋੜ੍ਹਾ ਬੈਟਰ ਹੋ ਰਿਹਾ ਆ। ਸੋ ਜੇ ਮੈਂ ਜਿੱਤਦੀ ਹਾਂ ਡੈਫੀਨੇਟਲੀ ਮੈਂ ਅੱਗੇ ਵੀ ਗਾਊਂਗੀ, ਐਂਡ ਜੇ ਮੈਂ ਨਹੀਂ ਵੀ ਜਿੱਤਦੀ ਮੈਂ ਹੋਰ ਪ੍ਰੈਕਟਿਸ ਕਰੂੰਗੀ, ਅਤੇ ਮੈਂ ਆਪਣੇ ਸਿੰਗਿੰਗ ਦੇ ਕਰੀਅਰ ਨੂੰ ਡੈਫੀਨੇਟਲੀ ਕੰਟੀਨਿਊ ਰੱਖੂੰ।